ਕੋਰੋਨਾ ਵਾਇਰਸ ਦੀ ਵੈਕਸੀਨ ਯਾਨੀ ਕਿ ਟੀਕੇ ਦੀ ਵੇਟ ਨਾ ਕਰੋ, ਇੰਤਜ਼ਾਰ ਨਾ ਕਰੋ, ਕਿਉਂਕਿ ਇਹ ਛੇਤੀ ਨਹੀਂ ਆਉਣ ਵਾਲਾ। ਇਹ ਕਹਿਣਾ HIV ਏਡਸ 'ਤੇ ਰਿਸਰਚ ਕਰਨ ਵਾਲੇ ਨਾਮੀ ਵਿਗਿਆਨੀ ਅਮਰੀਕਾ ਦੇ ਵਿਲੀਅਮ ਹੈਸਲਟੀਨ ਨੇ। ਵਿਲੀਅਮ ਦੀ ਚਰਚਾ ਇਸ ਤੋਂ ਪਹਿਲਾਂ ਕੈਂਸਰ ਸਣੇ ਹੋਰ ਕਈ ਪ੍ਰੋਜੈਕਟਸ 'ਤੇ ਕੀਤੇ ਕੰਮਾਂ ਕਰਕੇ ਰਹੀ ਹੈ। ਦਰਅਸਲ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ COVID-19 ਟੀਕਾ ਕਿੰਨੀ ਜਲਦੀ ਵਿਕਸਿਤ ਹੋਣ ਦੀ ਸੰਭਾਵਨਾ ਹੈ। ਇਸ ਦੇ ਜਵਾਬ ਵਿੱਚ ਵਿਲੀਅਮ ਨੇ ਕਿਹਾ ਕਿ ਮੈਂ ਇਸਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਨੇੜਲੇ ਭਵਿੱਖ ਵਿੱਚ ਇਹ ਸੰਭਵ ਹੈ। ਅਮਰੀਕਾ ਦੀ ਸਰਕਾਰ ਨੂੰ ਸਲਾਹ ਦਿੰਦੇ ਹੋਏ ਇਹਨਾਂ ਨੇ ਕਿਹਾ ਕਿ ਸਰਕਾਰ ਨੂੰ ਸਿਰਫ ਟੀਕੇ ਦੀ ਵੈਕਸੀਨ ਦੇ ਉਡੀਕ ਦੇ ਵਿੱਚ ਹੀ ਨਹੀਂ ਬੈਠੇ ਰਹਿਣਾ ਚਾਹੀਦਾ। ਉੱਧਰ ਕੋਰੋਨਾ ਦਾ ਅਸਰ ਖੇਡਾਂ 'ਤੇ ਵੀ ਹੋਇਆ, ਇੰਟਰਨੈਸ਼ਨਲ ਲੈਵਲ 'ਤੇ, ਯਾਨੀ ਕਿ ਓਲੰਪਿਕ ਖੇਡਾਂ ਰੱਦ ਹੋ ਸਕਦੀਆਂ ਨੇ। ਦਰਅਸਲ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਚੀਫ ਥੋਮਸ ਬੌਕ ਨੇ ਕਿਹਾ ਹੈ ਕਿ ਅਗਲੇ ਸਾਲ ਟੋਕਿਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰੱਦ ਕੀਤਾ ਜਾ ਸਕਦਾ ਹੈ। ਪਹਿਲਾਂ ਮਾਰਚ ਦੇ ਵਿੱਚ ਇਹਨਾਂ ਖੇਡਾਂ ਨੂੰ ਕੁਝ ਦਿਨਾਂ ਦੇ ਲਈ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਸੀ। ਓਲੰਪਿਕ ਖੇਡਾਂ ਜੁਲਾਈ ਵਿੱਚ ਹੋਣੀਆਂ ਸਨ, ਪਰ ਹੁਣ ਇਸ ਨੂੰ 2021 ਵਿੱਚ ਕਰਵਾਉਣ ਲਈ ਸਹਿਮਤੀ ਬਣੀ ਹੈ। ਹਾਲਾਂਕਿ ਜਾਪਾਨ ਦੇ ਪ੍ਰਾਈਮ ਮਿਨਿਸਟਰ ਸ਼ਿੰਜੋ ਆਬੇ ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਜੇ ਕੰਟਰੋਲ ਨਾ ਕੀਤਾ ਗਿਆ ਤਾਂ ਅਗਲੇ ਸਾਲ 2021 ਵਿੱਚ ਵੀ ਓਲੰਪਿਕ ਖੇਡਾਂ ਦੇ ਪ੍ਰਬੰਧ ਨੂੰ ਕਰਨਾ ਮੁਸ਼ਕਲ ਹੋ ਜਾਵੇਗਾ। ਉੱਧਰ COVID-19 ਦੀ ਦਵਾਈ ਸਮਝੀ ਜਾਂਦੀ ਹਾਈਡ੍ਰੋਕਸੀਕਲੋਰੋਕੁਈਨ 'ਤੇ ਟ੍ਰਾਇਲ ਸ਼ੁਰੂ ਹੋ ਗਿਆ। UK ਦੇ ਬ੍ਰਿਟੇਨ ਅਤੇ ਆਕਸਫੋਰਡ ਵਿੱਚ ਐਂਟੀ ਮਲੇਰੀਆ ਦਵਾਈ 'ਤੇ ਟ੍ਰਾਇਲ ਸ਼ੁਰੂ ਹੋ ਗਿਆ। ਜਾਂਚ ਇਹ ਕੀਤੀ ਜਾਵੇਗੀ ਕਿ ਕੀ ਇਹ ਦਵਾਈ COVID-19 ਦੇ ਇਲਾਜ ਵਿੱਚ ਕਾਰਗਰ ਵੀ ਹੈ ਜਾਂ ਫਿਰ ਨਹੀਂ। ਹਾਈਡ੍ਰੋਕਸੀਕਲੋਰੋਕੁਈਨ ਦਵਾਈ ਯੂਰਪ, ਅਫਰੀਕਾ, ਏਸ਼ੀਆ ਅਤੇ ਦੱਖਣੀ ਅਫਰੀਕਾ ਵਿੱਚ 40,000 ਤੋਂ ਵੱਧ ਹੈਲਥ ਵਰਕਰਸ ਨੂੰ ਦਿੱਤੀ ਜਾਵੇਗੀ। ਇਹ ਸਾਰੇ ਲੋਕ COVID-19 ਮਰੀਜ਼ਾਂ ਦੇ ਸੰਪਰਕ ਵਿੱਚ ਰਹਿਣ ਵਾਲੇ ਸਟਾਫ ਮੈਂਬਰ ਨੇ। ਦੱਸ ਦਈਏ ਕਿ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਨੂੰ ਬ੍ਰਾਜ਼ੀਲ ਨੇ ਵੀ ਹਰੀ ਝੰਡੀ ਦੇ ਦਿੱਤੀ ਹੈ। ਕੋਰੋਨਾ ਵਾਇਰਸ ਨਾਲ ਜੁੜੀਆਂ ਹੁਣ ਭਾਰਤ ਦੀਆਂ ਖਬਰਾਂ ਦੀ ਗੱਲ ਕਰਦੇ ਹਾਂ। ਭਾਰਤ ਵਿੱਚ ਰੇਲ ਅਤੇ ਹਵਾਈ ਸਫ਼ਰ ਨੂੰ ਲੈ ਕੇ ਕੁਝ ਨਵੇਂ ਨਿਯਮ ਤੈਅ ਕੀਤੇ ਗਏ ਨੇ। ਇਹਨਾਂ ਵਿੱਚੋਂ ਕੁਝ ਨਿਯਮਾਂ ਦੀ ਗੱਲ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਗੱਲ ਹਵਾਈ ਸਫ਼ਰ ਦੀ। ਏਵੀਏਸ਼ਨ ਮਿਨਿਸਟਰ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਹਵਾਈ ਰੂਟਾਂ ਨੂੰ 7 ਵਰਗਾਂ ਵਿੱਚ ਵੰਡਿਆ ਗਿਆ ਹੈ। ਫਲਾਈਟਸ 25 ਮਈ ਤੋਂ ਸ਼ੁਰੂ ਹੋ ਰਹੀਆਂ ਨੇ। ਯਾਤਰੀਆਂ ਨੂੰ 2 ਘੰਟੇ ਪਹਿਲਾਂ ਏਅਰਪੋਰਟ 'ਤੇ ਪਹੁੰਚਣਾ ਹੋਵੇਗਾ। ਆਰੋਗਿਆ ਸੇਤੂ ਐਪ ਜ਼ਰੂਰੀ ਹੋਵੇਗੀ। ਜਿਨ੍ਹਾਂ ਦੀ ਫਲਾਈਟ ਨੂੰ 4 ਘੰਟੇ ਨੇ ਉਹਨਾਂ ਨੂੰ ਹੀ ਏਅਰਪੋਰਟ 'ਤੇ ਆਉਣ ਦਿੱਤਾ ਜਾਵੇਗਾ। ਹਰਦੀਪ ਸਿੰਘ ਪੁਰੀ ਨੇ ਵੀ ਕਿਹਾ ਕਿ ਘਰੇਲੂ ਉਡਾਨਾਂ ਦੇ ਅਨੁਭਵ ਦੇ ਆਧਾਰ 'ਤੇ ਹੀ ਕੌਮਾਂਤਰੀ ਸਫ਼ਰ ਦੀ ਅਸੀਂ ਸ਼ੁਰੂਆਤ ਕਰਾਂਗੇ। ਇਸ ਤੋਂ ਇਲਾਵਾ 14 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਛੱਡ ਕੇ ਆਰੋਗਿਆ ਸੇਤੂ ਐਪ ਨੂੰ ਸਾਰੇ ਯਾਤਰੀਆਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਫਿਲਹਾਲ 24 ਅਗਸਤ 2020 ਤੱਕ ਇਹ ਸਾਰੇ ਨਿਯਮ ਲਾਗੂ ਰਹਿਣਗੇ। ਅਤੇ ਹੁਣ ਗੱਲ ਕਰਦੇ ਹਾਂ ਭਾਰਤ ਵਿੱਚ ਰੇਲ ਸਫ਼ਰ ਲਈ ਨਵੇਂ ਨਿਯਮਾਂ ਦੀ। ਰੇਲ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ 200 ਰੇਲ ਗੱਡੀਆਂ 1 ਜੂਨ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਇਹਨਾਂ ਰੇਲ ਗੱਡੀਆਂ ਵਿੱਚ ਜਨਰਲ AC ਅਤੇ non-AC ਕੋਚ ਹੋਣਗੇ। ਜਨਰਲ ਕੋਚ ਅਤੇ ਸਲੀਪਰ ਕਲਾਸ ਵਿੱਚ ਸਫ਼ਰ ਲਈ ਰਿਜ਼ਰਵੇਸ਼ਨ ਕਰਨਾ ਪਏਗਾ। ਇਸ ਲਈ ਔਨਲਾਈਨ ਟਿਕਟ ਬੁਕਿੰਗ IRCTC ਦੀ ਮੋਬਾਈਲ ਐਪ ਜਾਂ ਫਿਰ ਵੈਬਸਾਈਟ ਰਾਹੀਂ ਹੀ ਕੀਤੀ ਜਾ ਸਕਦੀ ਹੈ ਅਤੇ ਤਤਕਾਲ ਟਿਕਟ ਬੁਕਿੰਗ ਤਾਂ ਸੰਭਵ ਹੀ ਨਹੀਂ ਹੋਵੇਗੀ। ਸਫ਼ਰ ਦੇ ਲਈ ਵੱਧ ਤੋਂ ਵੱਧ 30 ਦਿਨਾਂ ਲਈ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਜਿਨ੍ਹਾਂ ਕੋਲ ਟਿਕਟਾਂ ਨੇ ਸਿਰਫ ਉਹਨਾਂ ਨੂੰ ਹੀ ਰੇਲਵੇ ਸਟੇਸ਼ਨ ਵਿੱਚ ਦਾਖਲਾ ਮਿਲੇਗਾ। ਅਤੇ ਯਾਤਰਾ ਤੋਂ ਪਹਿਲਾਂ ਹਰ ਇੱਕ ਮੁਸਾਫਿਰ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਵਿੱਚ ਕੋਰੋਨਾ ਦੇ ਬਿਲਕੁਲ ਵੀ ਲੱਛਣ ਨਹੀਂ ਹਨ ਉਹਨਾਂ ਨੂੰ ਹੀ ਰੇਲ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ। ਅਤੇ ਹੁਣ ਗੱਲ ਕਰ ਲੈਂਦੇ ਹਾਂ ਪੰਜਾਬ ਦੀ। ਇੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 99% ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਰਿਕਵਰੀ ਰੇਟ 99% ਹੈ, ਜਦਕਿ 211 ਮਾਮਲੇ ਹੀ ਐਕਟਿਵ ਨੇ। ਮੁੱਖ ਮੰਤਰੀ ਨੇ ਕਿਹਾ ਕਿ ਮਾਮਲੇ ਦੁੱਗਣੇ ਹੋਣ ਵਿੱਚ ਸੁਧਾਰ ਹੋਇਆ ਹੈ ਅਤੇ 100 ਦਿਨਾਂ ਵਿੱਚ ਹੀ ਕੋਰੋਨਾ ਵਾਇਰਸ ਦੇ ਕੇਸ ਦੁੱਗਣੇ ਹੋ ਰਹੇ ਨੇ, ਪਰ ਪੂਰੀ ਸਾਵਧਾਨੀ ਵਰਤੋ ਤਾਂ ਕਿ ਸਾਡੀ ਸਖ਼ਤ ਮਿਹਨਤ ਬਰਬਾਦ ਨਾ ਹੋਵੇ। ਸੋ ਇਹ ਸੀ BBC ਨਿਊਜ਼ ਪੰਜਾਬੀ ਦਾ ਕੋਰੋਨਾ ਵਾਇਰਸ ਰਾਊਂਡ ਅਪ ਸਪੈਸ਼ਲ। ਦੇਸ਼ ਅਤੇ ਦੁਨੀਆ ਦੀ ਕੋਰੋਨਾ ਵਾਇਰਸ ਅਤੇ ਲੋਕਡਾਊਨ ਨਾਲ ਜੁੜੀ ਹੋਰ ਵੀ ਖਬਰ ਦੇ ਲਈ ਤੁਸੀਂ ਸਾਡੀ ਵੈਬਸਾਈਟ www.bbc.com/ਪੰਜਾਬੀ 'ਤੇ ਜ਼ਰੂਰ ਆਓ। ਤੁਸੀਂ ਸਾਨੂੰ ਫੇਸਬੁੱਕ, ਯੂਟਿਊਬ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਆਪਣਾ ਖਿਆਲ ਰੱਖਿਓ।